ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਦਿਹਾਤੀ ਪੁਲਿਸ ਨੇ ਬੀਤੇ ਦਿਨੀ ਕਰਤਾਰਪੁਰ ਵਿੱਚ ਬਾਬਾ ਬਾਲਕ ਨਾਥ ਮੰਦਿਰ ਦੇ ਮੁੱਖ ਸੇਵਾਦਾਰ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਨੰਦੇੜ ਤੋਂ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆ ਹੈ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਮੁੱਖ ਸੇਵਾਦਾਰ ਨਾਲ ਬਹਿਸ ਪਿਆ ਸੀ ਕਿਉਂਕਿ ਉਹ ਉਸ ਵਿੱਚ ਅਤੇ ਉਸ ਦੀਆਂ ਕਹੀਆਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਦਾ ਸੀ ਇਸ ਲਈ ਉਸਨੇ ਉਸਦਾ ਕਤਲ ਕਰ ਦਿੱਤਾ 18-4 ਦੀ ਰਾਤ ਨੂੰ ਬਾਬਾ ਬਾਲਕ ਨਾਥ ਦਾ ਮੰਦਿਰ ਹੈ ਇੱਕ ਕਰਤਾਰਪੁਰ ਦੇ ਵਿੱਚ ਉਹਦੇ ਜਿਹੜੇ ਸੀਗੇ ਕੇਅਰ ਟੇਕਰ ਬਾਬਾ ਬਲਬੀਰ ਕੁਮਾਰ ਉਹਨਾਂ ਨੂੰ ਇੱਕ ਬੰਦੇ ਨੇ ਬੜਾ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਉਹਨਾਂ ਦੇ ਮੂੰਹ 'ਤੇ ਉਹਨਾਂ ਦੀ ਗਰਦਨ 'ਤੇ ਤਕਰੀਬਨ 20 ਵਾਰ ਕਿਸੇ ਸ਼ਾਰਪ ਐਜ ਵੈਪਨ ਨਾਲ ਕੀਤੇ ਗਏ ਸੀਗੇ ਜਿਸ ਦੇ ਸੰਬੰਧ ਦੇ ਵਿੱਚ ਜਲੰਧਰ ਰੂਰਲ ਪੁਲਿਸ ਨੇ ਕੇਸ ਰਜਿਸਟਰ ਕਰਕੇ ਅਤੇ ਉਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਸੀ ਜਿਹੜਾ ਕਿ ਬੰਦਾ ਆਇਡੈਂਟੀਫਾਈ ਹੋਇਆ ਸੀ ਵਿੱਕੀ ਜਿਸ ਦਾ ਨਾਂ ਹੈ ਭੁਪਿੰਦਰ ਸਿੰਘ ਜੰਮੂ ਦਾ ਰਹਿਣ ਵਾਲਾ ਉਹਨਾਂ ਫੋਟੋ ਨਾਲ ਉੱਥੇ CCTV ਵੇਖ ਕੇ ਅਤੇ ਉਸ ਬੰਦੇ ਦੀ ਪਛਾਣ ਕੀਤੀ ਜਿਸ ਟਾਈਮ ਤੱਕ ਉਸ ਜਗ੍ਹਾ 'ਤੇ ਪਹੁੰਚੇ ਜਿੱਥੇ ਲੋਕੇ ਛਿਪ ਕੇ ਰਹਿ ਰਿਹਾ ਸੀਗਾ ਉਸ ਟਾਈਮ ਤੱਕ ਇਹ ਨਿਕਲ ਚੁੱਕਿਆ ਸੀ ਉੱਥੋਂ ਸਾਡੀ ਜਿਹੜੀ ਟੀਮ ਗਈ ਸੀਗੀ ਉੱਥੇ ਨੰਦੇੜ ਉਹਨਾਂ ਨੇ ਬੜੀ ਹੀ ਹਿੰਮਤ ਦਿਖਾਈ ਐਂਡ ਬੜੀ ਹੀ ਪ੍ਰੈਜੈਂਸ ਆਫ ਮਾਈਂਡ ਦਿਖਾਈ ਅਤੇ ਇਸ ਬੰਦੇ ਦਾ ਇਹ ਪਿੱਛਾ ਕੀਤਾ ਇਹ ਰਾਜਸਥਾਨ ਦੇ ਵਿੱਚ ਆ ਕੇ ਇੱਕ ਢਾਬੇ 'ਤੇ ਇਹਨਾਂ ਨੂੰ ਮਿਲਿਆ ਜਿੱਥੋਂ ਅਸੀਂ ਇਹਨੂੰ ਅਰੈਸਟ ਕਰਕੇ ਤੋਂ ਲੈ ਕੇ ਆਏ ਅਤੇ ਇਹਦੇ ਕੋਲੋਂ ਜਿਹੜਾ ਖੰਜਰ ਇਹਨੇ ਯੂਜ਼ ਕੀਤਾ ਸੀ ਜਿਸ ਨਾਲ ਇਸਨੇ ਵਾਰ ਕਰਕੇ ਬਾਬਾ ਜੀ ਦਾ ਕਤਲ ਕੀਤਾ ਸੀ ਉਹ ਵੀ ਮਿਲ ਗਿਆ ਅਤੇ ਇਹਨੂੰ ਹੁਣ ਅਸੀਂ ਪੇਸ਼ ਕਰਕੇ ਰਿਮਾਂਡ ਲੈ ਕੇ ਅਤੇ ਬਾਕੀ ਦੀ ਤਫਤੀਸ਼ ਵੀ ਜਾਰੀ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ TV ਸੱਚ ਅਤੇ ਹੱਕ ਦੀ ਆਵਾਜ਼